जनमाने पर तक गुरु निस्तारे। साहिब कमाल श्री गुरु गोबिंद सिंह जी महाराज वालों चलाई गई दमदमी टकसाल के बारहवें मुखी सचखंड वासी ज्ञानी गुरबचन सिंह जी वालों दसां पातशाहियां दे पावन स्वरूप धन धन श्री गुरु ग्रंथ साहिब जी की बाणी की संपूर्ण लड़ीवार कथा आरंभ होने जा रही है। धनवाद साहिब संत ज्ञानी हरनाम सिंह जी खालसा पिंडरांवाले मुखी दमदमी टकसाल जथा पिंडरां महिता अमृतसर। ਜਿਸਕਾ ਕੋਈ ਕੋਈ ਕਿਸੇ ਦਾ ਕੋਈ ਹੈ ਕੋਈ ਸਾਜਿਦ ਕਿਸੀ ਕਿਸੇ ਦਾ ਦੁਆਪਰ ਕਿਸੀ ਕੋਈ ਤ੍ਰੇਤੇ ਸੀ ਕਾਜਿਦ ਕੋਈ ਹੈ ਕੋਈ ਨੀ ਕਿਸੇ ਦਾ। ਜਿਸਕਾ ਕੋਈ 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 ਜਿਸਦਾ ਕੋਈ ਪਿਤਾ ਹੈ ਕਿਸੇ ਦਾ ਕੋਈ ਦਾਦਾ ਹੈ ਕਿਸੇ ਦਾ ਕੋਈ ਪੜਦਾਦਾ ਹੈ ਕਿਸੇ ਦਾ ਇਸ ਪ੍ਰਕਾਰ ਕੋਈ ਵੱਡਾ ਹੈ ਵੱਡਿਆਂ ਤੋਂ ਵੱਡਾ ਹੈ ਕਿਉਂ ਕੋਈ ਜੋ ਕਿਸੇ ਨੂੰ ਮੰਨਿਆ ਹੈ ਸਭ ਤੋਂ ਤੇਰਾ ਤੂੰ ਸਭ ਨਾ ਕਾ ਕੋਈ ਹੈ ਕੋਈ ਕਹੋ ਰਾਮਾਨੰਦ ਕਸ਼ੀਤਾਨੰਦ ਹੈ ਕਸ਼ੀਤਾਨੰਦ ਪਰਮਾਨੰਦ ਹੈ ਪਰਮਾਨੰਦ ਦਯਾਨੰਦ ਹੈ ਇਸ ਪ੍ਰਕਾਰ ਕਹੀ ਜਾਓ ਅਖੀਰ ਤੇ ਜਾ ਕੇ ਪਰਮੇਸ਼ਵਰ ਮੰਨਣਾ ਪਵੇਗਾ। ਸੋ ਸਭ ਕੋਈ ਹੈ ਮਾਰਾ ਤੇਰਾ ਹੈ ਤੇ ਤੂੰ ਸਭਨਾ ਦਾ ਸੋ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਆਪ ਹੀ ਹੈ। ਜਿਸਕਾ ਕੋਈ 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 ਜੇ ਕਿਸੇ ਦਾ ਕੋਈ ਹੈ ਤਾਂ ਕੋਈ ਕਹੋ ਕੌਣ ਹੈ ਕੋਈ ਕਿਸੇ ਦਾ ਜੇ ਮਹਾਰਾਜ ਤੂੰ ਸਾਰਿਆਂ ਦਾ ਹੈ ਤੂੰ ਅਤੇ ਤੇਰੇ ਸਭ ਕੋਈ ਹੈ ਜਾ ਕੇ ਜੀਏ ਜੰਤ ਧਨ ਮਾਰੇ ਕੀਤੇ ਹੋਏ ਜੀਵਾਂ ਰੂਪੀ ਜੰਤ ਇਹ ਬਾਜੇ ਜਿਸ ਨੇ ਆਪ ਨੂੰ ਰੋਕੜੀ ਧਨ ਦਿੱਤਾ ਹੋਇਆ ਮਾਲ ਵਰਤਨ ਨੂੰ ਦਿੱਤਾ ਹੋਇਆ ਹੈ ਜਿਸ ਆਪਦੇ ਜੀਵ ਜੰਤ ਸਾਰੇ ਛੋਟੇ ਵੱਡੇ ਬ੍ਰਹਮਾ ਤੋਂ ਲਾ ਕੇ ਮੱਛਰ ਤੱਕ ਬਣਾਏ ਹੈ ਸਾਰਿਆਂ ਨੂੰ ਧਨ ਰੋਕੜੀ ਨਾਲ ਹਾਥੀ ਘੋੜੇ ਆਦਿਕ ਬਖਸ਼ੇ ਹਨ। ਨਾਨਕ ਆਖਣ ਜਿਸਮ ਵਿਚਾਰ ਕੌਡੇ ਵਿਚਾਰ ਕਸਮ ਕਰਨਾ ਬੜਾ ਕਸਮ ਹੈ ਸੁਣ ਕੇ ਕੌਡੇ ਨੂੰ ਸ਼ਾਂਤੀ ਪਾਈ ਮੁਕਤ ਹੋ ਕੇ ਬੈਕੁੰਠ ਨੂੰ ਚਲਿਆ ਗਿਆ ਗੁਰੂ ਸਾਹਿਬ ਕਿਰਪਾ ਦੁਸ਼ਟੀ ਕੀਤੀ ਹੈ ਵਿੱਚ ਗੌੜੀ ਮਹੱਲਾ ਪਹਿਲਾ ਮਾਤਾ ਮਾਤੇ ਪਿਤਾ ਸੰਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸੁਲਤਾਨਪੁਰ ਸਾਹਿਬ ਉਜਾੜ ਚ ਬੈਠੇ ਸਨ ਸੱਚਖੰਡ ਵਿੱਚੋਂ ਆ ਕੇ ਕਿਸੇ ਨਾਲ ਬੋਲਦੇ ਨੀ ਮੋਦੀ ਖਾਨ ਲਿਖਾ ਦਿੱਤਾ ਹੈ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਨੀਲ ਚੰਦੇ ਮਹਾਰਾਜ ਦਾ ਸਹੁਰਾ ਸੀ ਜਿਹੜਾ ਤੇ ਚੰਦੋ ਰਾਣੀ ਆ ਕੇ ਬੜੇ ਝਗੜੇ ਸੱਚੇ ਪਾਤਸ਼ਾਹ ਨਾਲ ਕਹਿਣ ਲੱਗੇ ਸੰਤੋ ਵੇ ਨਾਨੇ ਕਿਆ ਕੀਤਾ ਬਦੋ ਕਿਥਮ ਕਹੋ ਆ ਕੀਤਾ ਇਸ ਪ੍ਰਕਾਰ ਦੀਆਂ ਤਰਕਾਂ ਮਾਰੀਆਂ। ਹਜ਼ੂਰ ਉਸ ਵੇਲੇ ਸਵਾਮਾ ਪੰਜ ਸੀ ਕਮਾਲ ਆਇਆ ਕਹਿੰਦੇ ਚਲੋ ਸਮਝਾਇਆ ਆਈਏ ਸੁਣ ਕੇ ਸਵਾਮੀ ਪੰਜ ਦੇ ਮੱਤੀ ਸ਼ੈਲੀ ਆਉਣ ਵੇਲੇ ਪਰਸਾਂ ਇਸ ਪ੍ਰਕਾਰ ਗੁਰੂ ਸਾਹਿਬ ਦੇ ਜਿਹੜੇ ਪਾਸ ਆਏ ਤੇ ਉਸ ਮਾਤਾ ਪਿਤਾ ਵੀ ਮਹਾਰਾਜ ਨਾਨਕ ਪ੍ਰਕਾਸ਼ ਲਿਖਿਆ ਖੂਤੇ ਆਏ ਭਾਈ ਬਾਲੇ ਦੇ ਆ ਕੇ ਪੁੱਛਣ ਲੱਗੇ ਤੇ ਕਹਿਣ ਲੱਗਾ ਲਾਲੂ ਕਿ ਮੈਂ ਤੁਹਾਡਾ ਚਾਚਾ ਲੱਗਦਾ ਹਾਂ ਤੇ ਤੁਹਾਡੇ ਪਿਤਾ ਕਾਲੀ ਜੀ ਤੇ ਮਾਤਾ ਪਿਤਾ ਵੀ ਤੁਹਾਡੇ ਪਾਸ ਆਏ ਹੋਏ ਹੈ ਕਿਉਂ ਕਰਕੇ ਗੁਰੂ ਮਹਾਰਾਜ ਸਾਹਿਬ ਸਾਰਿਆਂ ਦੇ ਤਾਈ ਤੇ ਉੱਤੇ ਬਖਸ਼ਦੇ ਹਨ। ਇੱਕ ਵਾਰੀ ਇਹ ਸੁਲਤਾਨਪੁਰ ਵਿੱਚ ਜਾ ਰਿਹਾ ਹੈ ਦੂਜਾ ਸ੍ਰੀ ਨਨਕਾਣੇ ਸਾਹਿਬ ਵਿੱਚ ਆ ਰਿਹਾ ਸ਼ਬਦ ਜਾਣੀ ਸਾਖੀ ਚ ਹੋਰ ਸ਼ਬਦ ਆਉਂਦੇ ਹੈ ਸੱਤ ਹਜ਼ਾਰ ਸੰਤੋ ਕਿਵੇਂ ਹਮਾਰੀ ਮਾਤਾ ਕਹੀਏ ਸੰਤੋਖ ਹਮਾਰਾ ਪਿਤਾ ਇਹ ਨਾਨਕ ਪ੍ਰਕਾਸ਼ ਚਾਹੁੰਦੇ ਹਨ ਪਰ ਸ਼ਬਦ ਇਹ ਗੁਰੂ ਸਾਹਿਬ ਦਾ ਉਚਾਰਨ ਕੀਤਾ ਹੋਇਆ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤ ਸਤਿਗੁਰੂ ਜੀ ਕਹਿੰਦੇ ਸਾਡੀ ਜਿਹੜੀ ਮਤ ਹੈ ਹੋਰ ਹੀ ਮਾਤਾ ਹੈ ਸਾਡੀ ਜਿਹੜੀ ਆਤਮ ਵਿਸ਼ੈਣੀ ਮਤ ਹੈ ਸ੍ਰੇਸ਼ਟ ਮਤ ਇਹ ਸਾਡੀ ਮਾਤਾ ਹੈ ਇਸ ਮਾਤਾ ਕਰਕੇ ਸਦਾ ਤ੍ਰਿਪਤ ਹੋਏ ਹਾਂ ਪਿਤਾ ਸੰਤੋਖ ਪਿਤਾ ਜਿਹੜਾ ਸੰਤੋਖ ਹੈ ਸੰਤੋਖ ਦੇ ਕਰਕੇ ਹੀ ਸਭ ਗੁਣ ਪ੍ਰਾਪਤ ਹੁੰਦੇ ਹਨ ਬਿਨਾਂ ਸੰਤੋਖ ਨਹੀਂ ਕੋਈ ਰਾਜਾ ਸੱਤ ਭਾਈ ਕਰ ਇਹ ਵਸੇ ਸੰਤੋਖ ਪਿਤਾ ਦਾ ਭਰਾ ਸੱਤ ਹੈ ਨਾ ਉਹ ਚਾਚਾ ਸਮਝਣਾ ਕਰੋ ਲਾਲੂ ਵੀ ਨੀ ਆਏ ਕਹਿੰਦੇ ਸੱਤ ਹੀ ਸਾਡਾ ਭਾਈ ਹੈ ਅਤੇ ਕੀਤਾ ਵਿਸ਼ੇਸ਼ ਕਰਕੇ ਧਾਰਨ ਕੀਤਾ ਹੋਇਆ ਹੈ।
कहना है कुछ कहन ना जाए। ऐसा परिवार साधा है कहना है सी, और उस परमेश्वर ने अनंत बख्शिश करके कुछ कहा नहीं जाता। ज्ञान तो है परमेश्वर पाओ कुदरत कीमत नहीं पाए। परमेश्वर कसम करने करके कोई कुदरत शक्ति भी कीमत नहीं किसी पास कही जाती। इस करके कहने बड़ा जतन किया ब्याह साल कहने अठारह प्राण राज ऋषियन शेष शास्त्र राजते ब्रह्मन चार वेद राजते पर कुछ भी कुछ रूप करके भी निरीक्षण करके ये अंदर के इशारे में कहा नहीं जा सकता। आप उस रूप की बाबत निरीक्षण करके कुदरत कीमत नहीं पाए। जनता का विषय नहीं अंदर निर्देश करके जान गवा नहीं आपने कोई गवा नहीं सकता। तो कुदरत कीमत नहीं पाए ऐसी कुदरत शक्ति भी सचे पातशाह किसी पास कीमत नहीं पाई जाती। जंत है आप रहा सर्व शस्त्र मजिया रखनी सतगुरु जी तो शर्म राग दे सहत होना सिर्फ श्रेष्ठ प्रीति ये भी होनी है सिर्फ ये भी ब्रह्माकार होनी है दुखी ये दोनों फस के सहरा हो गए हैं। करनी काम कर मन ले कहते हैं करनी भगती जी करनी है परमेश्वर जी करनी श्रेष्ठ निष्काम करने वाली जी करनी है ये कर मन ले देखो कर्म शब्द हो तो राणा मुक्ता हो कर शब्द में वक्री क्रिया मनी है कर मन ले ये भगती की काम नहीं कर लिया अपनी सुपत्नी बना लिया है। संयोग जरा गुरु की प्राप्ति है सह साधा सोचा है संत महात्मा की प्राप्ति करके जो महावाद न संयोग होया है ये सह सोचा ज्ञान के न संयोग होया व्याह वियोग जो ब्याह का लड़की का माता ना वियोग हो जाता है इस प्रकार आखिरी संपदा न जरा ब्रह्माकार वृत्ति होने करके संसाराकार वृत्ति वालों वियोग हो गया है जहाँ काम करो राजकों का वियोग हो गया है संसाराकार वृत्ति वालों वियोग हो गया है माया निराशी हो इसलिए माया वालों चुकी वृत्ति निराशी होगी और रो के बिछड़ी कहने मैं हूँ कि चुमड़ा होर नू जा चुमड़ी है इसे प्रकार जरा वियोग है अज्ञान आदकों वालों ये साधा विवाह है तो जरा गुरां दे शब्द महावाद में संयोग होना है सच संत कहो नानक जी सहारे सोचा जरा आखिरी संत वालों बजोग होया जरा गुरु के नाल संयोग होया परमेश्वर के नाल गुरु द्वारा महावाकों द्वारा ये विह होया है अमी करके भी ऊ कर गए हैं। सच संत कहो नानक जी गुर साधो सच संत जरा ज्ञान प्रोह ज्ञान है ये साड़ी औलाद है योग लायक औलाद है साड़ी सचम स्वरूप का जरा परोह ज्ञान है यह पोतरा है अही जी साड़ी औलाद है ये गुरु साहब जी कहते योग लायक है इस प्रकार परमेश्वर योग मिलाप हों अही जी की औलाद हो गए परमेश्वर मिलाप हों जमन मन तो रहत हो जाते मुक्त हो जाते हैं पुरख ये सुन करके मूल चंद जरा सी उस वे जरा पंडित सी महाराज चरणी पै गया मूल चंद घबरा के इतने चले आया। गौड़ी महला पहला पौने पानी अग्नि का मेल संघ जी कोई अपने आप नू ज्ञानी कहता सी पंडित विद्वान ओदा प्यो मर गया ओ रोन लग गया ओदी लोह दे पास बैठ के सतगुरु नानक देव महाराज साहिब सच्चे पातशाह ओदे पास गए ओनु कृपा करके उपदेश देंगे कि ज्ञानी तू आप नु कहने ज्ञानी कौन हो सकता है कहता जगता सुनता है कोई आप विचारों से ज्ञानी है। ये महाराज मेरा प्यो मर गया मेनू बड़ा मोह सी प्यो का सुन के हजूर फरमाते हैं पौड़ा पानी अग्नि का मेल पौन के पानी के अग जैसे धरती के आसमान में पंजे पत्तों में मेल है चंचल चपल बुद्ध का खेल कौन मुआरे कौन हुआ ब्रह्म ज्ञानी मिल कर बुजरे ज्ञानी कौन बुजरे ज्ञानी यह विचार तो इस प्रकार वाह कहते हैं हजूर
पौने पानी पौन कौने रजोगो, पानी कौने सतो गुणो, अग्नि कौने तमो गुणो, तीनों गुणों का सारा मेल है कठ चंचल चपल बुद्ध का खेल मेरी सह वर को बग रही थी, पानी का शरीर भरिया होया सी, मत दे गरु की अग दे तकिया सी, शरीर आवी जिन भांडा तकदा क्यों तत्व का मेल ही है, कई बार तिना तत्वों द्वारा सूची रची है, कई बार चौ तत्वों द्वारा मुसलमान के मत अनुसार, कई बार पंजा तत्वों तिना तत्वों की प्रधानता कही है, जी धरती है तो आसमान विचारे आ गया इन्होंने, इस प्रकार मेल है सारा तिना तत्वों का ही, चंचल चपल बुद्ध का खेल, जरा चंचल हो रहा शरीर कहे कम कहते चपल बुद्ध का खेल, चंचल जी बुद्धि खेल किया होया, चंचल जरा मन है एरा तो चपल जो बुद्ध है विशेषणी एना ही सारा खेल पसारा पसारिया होया है। नौ दरवाजे दस बार द्वार, भाई नौ गोल कहेंगे उस दो बड़िया साबित पड़िए, ये दसवा द्वार भी मस्तक है, बुजरे ज्ञानी यो विचार तो विचार कोई चीज मरी है, ये शरीर तो साबित किया हमारा साहब कहने लगे, तत्ता बगता सुनता सोई, जेड़ा कोई कसम करने वाला है पुस्तक रचने वाला है तत् देता तो बगता ओ विख्यान करने वाला जो प्रचार को तो सुनता सुन वाला सोचा के जो है आप विचारे तो ज्ञानी हो, जरा सारे आत्मा विचारे वक्तव्य करने वाला भी पुस्तक रचने वाला भी श्रोता भी आप ही है ब्रह्म, क्यों जरा विचारे सो ज्ञानवान होंगे, जिसके अंदर कसम करने वाला व्यास है जिन्हें वक्तव्य करने वाले जिन्हें ज्ञानी आ रहे इन्हें सारे जरा तेन तो समझे ज्ञानी नहीं होंगे, वो कसम करने वाला जो है जो ब्रह्म देता है सुनता जो श्रोता है अधिकारी है परमेश्वर की जोत नहीं समझे, आप विचारे तो ज्ञानी अपने अपने आप रूप करके विचारे ज्ञानवान होता है, बाकी अज्ञानी है सारे रहाओ देवी माटी बोला पाओ, मिट्टी भी है जो है कई ऐसे कई चीजों की तो बोल भी की है उस पौन बोल रही है, बुझ रे ज्ञानी मुआ है पौन रही है तनंजे कौन, वो मरे के अंदर रही है जिस ना फुल जाता है शरीर, ये ज्ञानी कहने वाले विद्वान मरिया कौन है दस के तुरक बाद अहंकार नहीं समझे, मारे कहते मुई सुरक सूरत शकल जी है ताई मर गई, शकल नहीं रही ओही मरे हुए तो बाद अहंकार झगड़े मर जाते नहीं मर गया हूं कि झगड़े करने भी मैं जरा अहंकार कर रहा मैं मर जाता अहंकार अंदरों एडे अंदरों नाम भी जाए शकल मर गई कुछ झगड़े मर गए अहंकार मर गया रहत है ऐसा स्वरूप है मुई सुरत ये संसारा कार्य भी मर गई जो सुरत मेरे पुत्र है भाई है माता है पिता स्त्री है समझो सुरत गया भी मर गई शरीर वालों कोई पूजा करी जाए कोई हजे तक कुछ करी जाए तो ओनू कोई ज्ञान नहीं है, अगर बाद झगड़े भी मर गए हंकार भी बेड़ा मर गया उस वक्त नाम जो देख दृश्य वो तो नहीं भाई मरिया है, जय कारण कट तीर्थ जाए कहते जिस भी प्राप्ति वास्ते अंता करनी शुद्धि वास्ते लोग तीर्थ यात्रा करने वास्ते कन्याओं में जाके जाप कर गए तप कर गए हम रतन पदार्थ घट ही माही भाई रतन रूपी पदार्थ सारे में घट ही है परमेश्वर की जोत पढ़ पढ़ पंडित बाद बखान समझ तो बिना विद्वान जो पंडित है पढ़ पढ़ के शास्त्रा नु वेदा नु
ਰਾਜ ਝਗੜਾ ਬਕੰਦਾ ਰਾਜ ਜਲਦਾ ਰਾਜ ਆਦਤ ਕਸਮ ਕਰਦੇ ਹੈ ਸਰ ਹੋਣ ਦੀ ਵਸ ਨਾ ਜਾਣੇ ਹੋਣ ਚੇਤਨ ਸ੍ਰੀ ਵਸਤੂ ਹੈ ਉਸ ਚੇਤਨ ਦੀ ਵਸਤੂ ਨੂੰ ਜਾਣਦੇ ਵੀ ਆਤਮਾ ਦੇ ਤਾਈ ਉਹ ਆਉਣਾ ਮੂਆ ਮੇਰੀ ਬਲਾ ਮਰਨ ਲੈਣ ਲੱਗੇ ਮਹਾਰਾ ਆਪ ਨੀ ਮਰੋਗੇ ਮਹਾਰਾ ਕਹਿਣ ਲੱਗੇ ਨਾ ਤਾਈ ਅਸੀਂ ਨੀ ਮਰਦੇ ਹਾਂ ਆਉਣਾ ਮੂਆ ਮੇਰੀ ਮੂਈ ਬਲਾ ਸਾਰੀ ਬਲਾ ਅਵਿਦਿਆ ਮਰ ਚੁੱਕੀ ਹੈ ਸੰਗਤਾ ਮਰ ਚੁੱਕੀ ਹੈ ਮਰਨ ਵਾਲੀ ਹੋਣੇ ਸੀ ਇਸ ਕਰਕੇ ਅਸੀਂ ਮਰਾਂਗੇ ਨੀ ਜੰਮਣ ਮਨ ਤੋਂ ਰਹਿਤ ਅਸੀਂ ਮਰਾਂਗੇ ਨੀ ਜੰਮਣ ਮਨ ਤੋਂ ਰਹਿਤ ਸਤਿਗੁਰੂ ਸੰਦੇਹ ਸੱਚਖੰਡ ਵਿੱਚ ਪਹੁੰਚ ਗਏ ਉਹ ਨਾ ਮੂਆ ਜੋ ਰਹਿਆ ਸਮਾਏ ਬ੍ਰਹਮ ਚੇਤਨੇ ਉਹ ਵੀ ਨੀ ਮਰਦਾ ਜਿਹੜਾ ਸਾਰੇ ਸਮਾਰਿਆ ਵਿਆਪਕ ਹੋ ਰਿਹਾ ਹੈ ਪਹੁ ਨਾਨਕ ਗੁਰ ਬ੍ਰਹਮ ਦਿਖਾਇਆ ਗੁਰੂ ਸਾਹਿਬ ਅਕਾਲ ਪੁਰਖ ਨੇ ਸਾਨੂੰ ਆਪਦਾ ਬ੍ਰਹਮ ਵਿਆਪਕ ਰੂਪ ਪ੍ਰਗਟ ਕਰਕੇ ਵਿਖਾਤਾ ਹੈ ਮਰਤਾ ਜਾਤਾ ਨਜ਼ਰ ਨਾ ਆਇਆ ਕਿਤੇ ਹੁਣ ਕੋਈ ਮਰ ਕੇ ਜਾਂਦਾ ਪ੍ਰਲੋਕ ਨੂੰ ਲੋਕ ਨੂੰ ਵਾਸ਼ਨਾ ਕਰਕੇ ਕੋਈ ਨਿਗਾਹ ਚ ਨਹੀਂ ਆਉਂਦਾ ਸਾਰੇ ਵਿਆਪਕ ਰੂਪ ਹੈ ਨਾ ਨਹੀਂ ਕੋਈ ਜਨਮਾ ਨਾ ਕੁਛ ਮਰਿਆ ਆਪਣ ਚਲਤਾ ਆਪ ਹੀ ਕਰੇ ਐਸਾ ਗਿਆਨ ਹੈ ਸਾਧ ਸੰਗਤ ਜੀ ਗੁਰਸਿੱਖ ਨੇ ਇਸੇ ਗਿਆਨ ਵਿੱਚ ਰਹਿ ਕੇ ਧਰਮ ਵਾਸਤੇ ਕੁਰਬਾਨੀਆਂ ਕਰਕੇ ਸ਼ਹੀਦੀਆਂ ਪਾ ਕੇ ਫਿਰ ਵੀ ਜੰਮਣ ਮਨ ਤੋਂ ਰਹਿਤ ਪਦਵੀ ਨੂੰ ਪਾਉਣਾ ਇਹ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਸਾਹਿਬ ਨੂੰ ਬਖਸ਼ਿਸ਼ ਕੀਤੀ ਸੀ ਬੰਦ ਬੰਦ ਕਟਾਉਂਦੇ ਇਹਨੂੰ ਪ੍ਰਤੀਤ ਨੀ ਹੋਇਆ ਤੇ ਮੇਰੇ ਕੋਲ ਬੰਦ ਬੰਦ ਕੱਟ ਰਿਹਾ ਭਾਈ ਮਤੀ ਦਾਸ ਨੂੰ ਵੀ ਬਖਸ਼ਿਸ਼ ਸੀ ਆਰੇ ਨੇ ਸੀਰ ਚੀਰਦੇ ਪ੍ਰਤੀਤ ਨੀ ਹੋਇਆ ਕਿ ਕੋਈ ਚੀਰ ਰਿਹਾ ਜਪ ਸਾਹਿਬ ਦਾ ਪਾਠ ਹੋਵੇ ਕਿ ਰਸ ਕਰਦੇ ਰਹੇ ਹੈ ਇਹ ਹੈ ਜਿਹਨਾਂ ਨੂੰ ਬ੍ਰਹਮ ਗੁਰੂ ਸਾਹਿਬ ਨੇ ਦਿਖਾਤਾ ਹੈ ਉਹਨੇ ਨਿਗਾਹ ਚ ਨਾ ਕੋਈ ਮਰਦਾ ਨਾ ਕੋਈ ਜਾਂਦਾ ਨਿਗਾਹ ਚ ਨਹੀਂ ਆਉਂਦਾ ਸਾਰੇ ਵਿਆਪਕ ਰੂਪ ਨੂੰ ਜਾਣ ਕੇ ਮੁਕਤ ਹੋ ਜਾਂਦੇ ਹਨ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਦਾ ਜਾਤਾ ਨਜ਼ਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਨ ਨਾ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਸਾਜੀ ਨੂੰ ਅੱਜ ਵੀ ਗੁਰੂ ਖਾਲਸਾ ਸਾਧ ਸੰਗਤ ਜੀ ਗਰੀਬ ਨਵਾਜ ਅੰਤਰਜਾਮੀ ਭਗਤ ਪਾਵਨ ਭਗਤ ਵਛਲ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਰਹਿੰਦਿਆਂ ਹੋਇਆਂ ਦੱਖਣੀ ਸੰਗਤ ਪੁੱਜੀ ਹੈ ਇਸ ਕਰਕੇ ਦੱਖਣੀ ਸ਼ਬਦ ਦੁਆਰਾ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ ਦੂਸਰੀ ਦੱਖਣੀ ਗੌੜੀ ਦੀ ਇੱਕ ਜਾਤੀ ਹੈ ਇਸ ਨਾਲ 13 ਤਰ੍ਹਾਂ ਦੀ ਗੌੜੀ ਹੈ 9 ਤਰ੍ਹਾਂ ਦੀ ਪ੍ਰਗਟ ਹੈ ਦੱਖਣੀ ਪੀ ਦੱਖਣੀ ਤੇ ਸੋਰਠ ਪੀ ਤੇ ਗੌੜੀ ਪੀ ਇਸ ਤਰ੍ਹਾਂ ਵੀ ਵਾਕ ਹੀ ਹਨ ਇਸ ਪ੍ਰਕਾਰ 11-13 ਪ੍ਰਕਾਰ ਦੀ ਗੌੜੀ ਆਪ ਨੂੰ ਉਚਾਰਨ ਕੀਤੀ ਹੈ ਬੀਬੀ ਬੱਚੇ ਨੂੰ ਥੋੜਾ ਬਹਾਦਰ ਕਾਲ ਸਾਹਿਬ ਸੰਗਤ ਜੀ ਬਾਹਰ ਸੁਣੀ ਜਾਊ ਕਥਾ ਤੁਹਾਨੂੰ ਪਾਤਸ਼ਾਹ ਦੱਖਣੀ ਸੰਗਤ ਦੇ ਪ੍ਰਥਾ ਦੱਖਣੀ ਗੌੜੀ ਦੀ ਜਾਤੀ ਵਿੱਚ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਪਵਿੱਤਰ ਸਿੱਖਿਆ ਬਖਸ਼ਦੇ ਹਨ ਗੌੜੀ ਦੱਖਣੀ ਰਾਗਣੀ ਵੀ ਹੈ ਵੱਖਰੀ ਗੌੜੀ ਨਾਲ ਮਿਲਾ ਕੇ ਦੱਖਣੀ ਉਚਾਰਨ ਕਰਦੇ ਹਨ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਨ ਨਾ ਜੋ ਭਾਈ ਸਰਦਾ ਦੇ ਭਰੋਸੇ ਦੇ ਨਾਲ ਗੁਰਾਂ ਦੇ ਉਪਦੇਸ਼ ਨੂੰ ਸੁਣਦੇ ਹਨ ਸਰਦਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸਰਵਣ ਕਰਦੇ ਹੈ ਉਪਕਰਮ ਉਪਸੰਹਾਰ ਆਦਿਕ ਅਭਿਆਸ ਅਪੂਰਵਤਾ ਦੇ ਖੜਚਨਾ ਸਹਿਤ ਜੋ ਸਰਵਣ ਕਰਦੇ ਗੁਰੂ ਸਾਹਿਬ ਦੇ ਉਪਦੇਸ਼ ਦੇ ਤਾਈ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਸਤ ਸ਼ਾਸਤਰਾਂ ਦੁਆਰਾ ਸ੍ਰੇਸ਼ਟ ਸ਼ਾਸਤਰਾਂ ਦੁਆਰਾ ਸੁਣ ਗੁਰਾਂ ਦੇ ਉਪਦੇਸ਼ ਦੁਆਰਾ ਜੋ ਸਰਵਣ ਕਰਦੇ ਹਨ ਮਹਾਰਾਜ ਦੇ ਤਾਈ ਬੂਝੈ ਪਹਿਲਾਂ ਬੂਝੈ ਪੁੱਛਦੇ ਆ ਗੁਰਾਂ ਦੇ ਪਾਸੋਂ ਫਿਰ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਵਣ ਕਰਦੇ ਆ ਮਨ ਨਾ ਫਿਰ ਉਹ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦੇ ਆ ਬਾਕੀਆਂ ਤੋਂ ਮੰਨਣ ਨਹੀਂ ਪਰਮੇਸ਼ਰ ਦੇ ਨਾਮ ਦਾ ਹੁੰਦਾ ਕਈ ਸਾਰੇ ਜਾਂਦੇ ਆ ਕਈ ਸੁਣਦੇ ਆ ਪਰ ਇੱਕ ਕੰਮ ਦੁਆਰਾ ਸੁਣਦੇ ਦੂਏ ਕੰਮ ਦਾ ਨਿਕਲ ਜਾਂਦਾ ਹੈ ਸੋ ਮਹਾਰਾਜ ਦੇ ਨਾਮ ਦਾ ਮੰਨਣ ਕਰਦੇ ਹਨ ਉਹ ਅੱਗੇ ਤਾਕੈ ਸਦ ਬਲਿਹਾਰ ਜਾ ਜੋ ਗੁਰੂ ਸਾਹਿਬ ਦੇ ਪਾਸੋਂ ਪੁੱਛਦੇ ਆ ਤੇ ਸਰਦਾ ਤੇ ਭਰੋਸੇ ਰੂਪੀ ਕੰਨਾਂ ਨਾਲ ਸੁਣਦੇ ਹੈ ਤੇ ਨਾਮ ਦਾ ਮੰਨਣ ਕਰਦੇ ਹੈ ਉਹਨਾਂ ਦੇ ਕਾਫੀ ਸੈਂਕੜੇ ਵਾਰੀ ਸਲਾਸਲਾ ਸਤਿਗੁਰੂ ਜੀ ਕਹਿੰਦੇ ਬਲਿਹਾਰ ਕੁਰਬਾਨ ਜਾਂਦੇ ਆਪ ਭੁਲਾਏ ਠੌਰ ਨਾ ਠਾ ਜਿਹੜਾ ਭਾਈ ਆਪ ਹੀ ਬ੍ਰਹਮ ਨੂੰ ਭੁਲਾ ਦੇਵੇ
फेरू आके केड़ी जगह में आ लोक ना परलोक जिन्हां दे कर्मां अनुसार परमेश्वर मंद कर्म जान करके आप दे सिमरन वालों चिंतन वालों सरबण वालों मनन वालों गुरां ते पुछण वालों भुला देवे उन्हां नूं इस लोक च भी थां नहीं है परलोक च भी ठहरन नूं थां नहीं है ना उन्हां नूं सत्संगत च थां है ना उन्हां दा हिरदा तुरिया पंगती थां टिकदा है नाम मिले चल मैं नाल असि आपके पासों एह जाचना कर दे सच्चे पातशाह आपका अमृत नाम सानू मिले जो साडे नाल चलेगा परलोक च रक्षा करन वास्ते इस लोक च विकारां तों बचाउण वास्ते बिन नाम बादी सब काल बिना महाराज दे नाम तों सारी सृष्टि जिहड़ी है इह काल दी बधी होई है नाश कीती होई है बन्नी होई है सारी काल दी पूर्ति वर्तमान काल दी इसे प्रकार जागर सफल सुख रूप काल दी अते इसे प्रकार बाल जीवा बिरध अवस्था नूं काल खा रहा है क्यों काल खा रहा बिना नाम तो सब बनी हुई कई दिन की है काल की सृष्टि खेती बणज नारा की ओ जो लोग खेतियां ही करने च लगे इन्हें राव गुजारा करते हैं वो खेती कर ली कोई कहते बणज कर लिया सौदा खरीद लिया बेच लिया किसी पासे वो नाम तो नहीं जपते नाम वालों तो वोट वाला ही करी बैठे है ना इसे पुरख पाप पुन बीज की पो कदे मंद कर्म कर ले उन्होंने नाल पाप हो गया कदे चंगे कर्म कर ले सकाम पुन हो गया के पाप पुन जेड़े है जमन मन दे बीज ही पांडी सरते चटी फिर दे ओ लोक काम क्रोध जी मह चूत उन पुरखां दे हिंदे च काम दा फुरन कदे क्रोध दा फुरन हिरदे चोटा मारदे रहिंदे है सताउंदे रहिंदे हन जिस प्रकार फरीद ने कहा कामा ने मेरा पिंजरा चूर लिया है बस तो उदू जाए नैनो वर्षो इस प्रकार वाग जी ने कहे है इस प्रकार काम क्रोध हिरदिया विच सट्टा मार दिया कदे काम का फुरना फुरन लग जाता है कदे क्रोध करके वैर नू चेते करन लग जाता है नाम विसार चले मन खोट ये भाई जेडे मन दे खोटे आ परमेश्वर दे नाम नू विसार के दुनिया चे चले है ओ कदे महाराज नाम नू चेते नहीं करदे हन साचे गुर की साची सी जिन्हां भाई सच्चियां गुरां दी सच्चिया सिख्या धारण कीती है तन मन शीतल साच प्रीख उन्हां दा तन ते मन भी शीतल हो गए है सच नाम दे गुरु साहिब ने प्रीख नू परोस दित्ता है जिवें थाली च प्रसाद परोस दीए ऐ सच नाम जिन्हां नू प्रीख परोस दित्ता है जल पुराण रस कमल परीख ओ संसार च ऐ निर्लेप रहिंदे है जिवें जल दे विच ए पुराण चपत्ती निर्लेप रहिंदी है जिवें रस पानी चो कौल निर्लेप परखी गए है ऐं ऐस लोक दे पदार्थां वल्लों जल दी चपत्ती वांगू निर्लेप रहिंदे है अते स्वर्ग लोक दे पदार्थां वल्लों ब्रह्म लोक दे पदार्थां वल्लों कौल वांगू परीख परखना करो ओ रस पानी तो जिवें कौल निर्लेप रहिंदे है रस भी पानी दा नां है ऐं स्वर्ग लोक दे ब्रह्म लोक दे भोगां दे भोगां वल्लों भी ओ निर्लेप कवल वांगू रहिंदे हन उन्हां भोगां दी इच्छा नहीं ओ करदे हन ब्रह्म लोक लो भोग दे काग विच किसम त्याग शब्द रते मीठे रस ई जो गुरां दे शब्द विच रंगे होए है ਉਹਨਾਂ ਨੂੰ ਦੱਸਾਂ ਸਿੰਘ ਜੀ ਇੰਨਾ ਮਿੱਠਾ ਰਸ ਪ੍ਰਾਪਤ ਹੈ ਇੱਕ ਕਮਾਦ ਨਾਲੋਂ ਵੀ ਮਿੱਠੇ ਗੰਨੇ ਨਾਲੋਂ ਵੀ ਉਹਨਾਂ ਦੀਆਂ ਰਸਲਾਂ ਮਿੱਠੀਆਂ ਹੈ ਹਰ ਵਕਤ ਮਹਾਰਾਜ ਦੇ ਨਾਮ ਰਸ ਮਿਲੇ ਰਹਿੰਦੇ ਹੈ ਸ਼ਬਦ ਜਿਹੜੇ ਰੁਕੇ ਆ ਫਰੀਦ ਨੂੰ ਕਿਹਾ ਮਾਤਾ ਦੇ ਪੁੱਛਣ ਤੋਂ ਮਾਤਾ ਸ਼ੱਕਰ ਖੰਡ ਨਵਾਦ ਗੁਣ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਸੁੱਧ ਤੂੰ ਮੈਨੂੰ ਸ਼ੱਕਰ ਦੇ ਕੇ ਨਵਾਜ ਪਾਉਣ ਸਿਖਾਇਆ ਸੀ ਫਿਰ ਮਿਸ਼ਰੀ ਦਿੰਦੀ ਰਹੀ ਖੰਡ ਦਿੰਦੀ ਰਹੀ ਗੁੜ ਟਿੱਕੀਆਂ ਵਾਲਾ ਦਿੰਦੀ ਰਹੀ ਸਹਿਤ ਦਿੱਤਾ ਪਰ ਮੈਂ ਅੱਜ ਨੂੰ ਕਹਿੰਦਾ ਮਾਤਾ ਜਿੰਨੀਆਂ ਚੀਜ਼ਾਂ ਮਿੱਠੀਆਂ ਖਾਧੀਆਂ ਸ਼ੱਕਰ ਤੇ ਖੰਡ ਤੇ ਨਵਾਤ ਮਿਸ਼ਰੀ ਤੇ ਗੁੜ ਮਈਆਂ ਦਾ ਦੁੱਧ ਜਿਹੜਾ ਹੈ ਤੇ ਮਾਖਿਓ ਸਹਿਤ ਸਾਰੀਆਂ ਵਸਤੂਆਂ ਭਾਵੇਂ ਮਿੱਠੀਆਂ ਹੈ ਮਾਤਾ ਜੀ ਪਰ ਮੈਂ ਤੈਨੂੰ ਕਹਿੰਦਾ ਜੀ ਹਜੇ ਰੱਬ ਦੇ ਨਾਮ ਦਾ ਅੱਜ ਮੈਨੂੰ ਰਸ ਆਇਆ ਹੈ ਰੱਬ ਦੇ ਨਾਮ ਦੇ ਬਰਾਬਰ ਕੋਈ ਚੀਜ਼ ਮਿੱਠੀ ਨਹੀਂ ਹੈਗੀ ਸੋ ਮਹਾਰਾਜ ਕਹਿੰਦੇ ਜੇ ਸ਼ਬਦ ਰੁਕੇ ਹੋਏ ਹੈ
ਉਹ ਇੱਕ ਦੇ ਰਸ ਨੂੰ ਵੀ ਮਿੱਠੇ ਪਿਆਰੇ ਬਚਨ ਬੋਲਦੇ ਹਨ, ਰਸ ਭਰੇ ਹੋਏ ਉਹਨਾਂ ਵਿੱਚ ਹਨ। ਹੁਕਮ ਸੰਜੋਗੀ ਗੜ ਦਸ ਦੁਆਰ। ਇਹ ਜੀਵ ਮਹਾਰਾਜ ਸੰਸਾਰ ਕਿਵੇਂ ਆਇਆ ਹੈ? ਮਹਾਰਾਜ ਕਹਿੰਦੇ ਕੀਤੇ ਹੋਏ ਜਿਹੜੇ ਕਰਮ ਸੀ ਪੂਰਵਲੇ, ਉਹਨਾਂ ਕਰਮਾਂ ਦੇ ਨਾਲ ਸੰਜੋਗ ਕਰਕੇ ਵਾਹਿਗੁਰੂ ਦਾ ਹੁਕਮ ਹੋਇਆ। ਵਾਹਿਗੁਰੂ ਦੇ ਹੁਕਮ ਕਰਕੇ ਦਸਾਂ ਦੁਆਰਿਆਂ ਵਾਲਾ ਸਰੀਰ ਮਾਰਨ ਕਰ ਦਿੱਤਾ। ਪੰਜ ਵਸ ਹੈ ਮਿਲ ਜੂਤ ਅਪਾਰ। ਇਹਦੇ ਵਿੱਚ ਪੰਜ ਪ੍ਰਾਣ ਵਸਦੇ ਹੈ, ਅਪਾਰ ਪਰਮੇਸ਼ਰ ਦੀ ਜੋਤ ਦੇ ਆਸਰੇ ਮਿਲ ਕੇ ਚੇਤਨ ਦੇ ਪ੍ਰਾਣ ਸਰੀਰ ਵਿੱਚ ਹਰਕਤ ਕਰਦੇ ਹਨ। ਆਪ ਤੁਲੈ ਆਪੇ ਬਣ ਜਾ। ਇਸੇ ਪ੍ਰਕਾਰ ਹੁਕਮ ਸੰਜੋਗੀ ਗੜ ਦਸ ਦੁਆਰ। ਜਿਹੜੇ ਪਰਮੇਸ਼ਰ ਦੇ ਹੁਕਮ ਦੇ ਸੰਜੋਗੀ ਹੋਏ ਹੈ, ਉਹਨਾਂ ਦਸਾਂ ਦੁਆਰਿਆਂ ਵਾਲੇ ਕੌਣ ਸਰੀਰ ਇਹਨੂੰ ਗੜ ਕਰ ਲਿਆ, ਰੋਕ ਲਿਆ ਹੈ ਉਹਨਾਂ ਗੁਰਮੁਖਾਂ ਨੇ। ਪੰਜ ਵਸ ਹੈ ਮਿਲ ਜੂਤ ਅਪਾਰ। ਪੰਜੇ ਸਭ ਸੰਤੋਖ ਦਿਆ ਧਰਮ ਵਸਦੇ ਹੈ, ਉਹ ਇਹਨਾਂ ਗੁਣਾਂ ਕਰਕੇ ਜੋਤੀ ਅਪਾਰ ਪਰਮੇਸ਼ਰ ਨਾਲ ਮਿਲ ਜਾਂਦੇ ਹਨ। ਕਿਉਂ ਆਨੰਦ ਮਾਣਦੇ ਉਸ ਪਰਮੇਸ਼ਰ ਦਾ? ਇਸੇ ਪ੍ਰਕਾਰ ਗੜ ਸੰਜੋਗ ਹੁਕਮ ਸੰਜੋਗੀ ਗੜ ਦਸ ਦੁਆਰ। ਜਿਹੜੇ ਜੋਗੀ ਗੁਰੂ ਦੇ ਹੁਕਮ ਦੇ ਸੰਜੋਗੀ ਹੋਏ ਹੈ, ਉਹ ਦਸਵੇਂ ਦੁਆਰ ਰੂਪੀ ਕਿਲੇ ਚ ਜੋਗੀ ਪਹੁੰਚ ਜਾਂਦੇ ਹਨ। ਪੰਜ ਵਸ ਹੈ ਮਿਲ ਜੂਤ ਅਪਾਰ। ਪੰਜੇ ਪ੍ਰਾਣਾਂ ਨੂੰ ਅਪਾਨ ਬਿਆਨ ਸੁਨਾਨ ਉਦਿਆਨ ਆਦਿਕ ਇਹਨਾਂ ਦਾ ਪ੍ਰਾਣਾਯਾਮ ਕਰਕੇ ਮਿਲ ਜਾਂਦੇ ਹੈ ਦਸਵੇਂ ਦੁਆਰ ਚ। ਉੱਥੇ ਚੇਤਨ ਦੀ ਲਾਟ ਚਮੁਖ ਦੀ ਚੌਮੁਖ ਦੀਵਾ ਜੋਤ ਦੁਆਰ, ਜਿਵੇਂ ਚਮੁਖੀਆ ਦੀਵਾ ਹੁੰਦਾ ਹੈ, ਐ ਜੋਤੀ ਉਸ ਦੁਆਰ ਚ ਪ੍ਰਕਾਸ਼ ਹੁੰਦਾ ਹੈ, ਉਸ ਅਪਾਰ ਦੀ ਜੋਤ ਨੂੰ ਦਰਸ਼ਨ ਕਰਦੇ ਆ ਉਹ। ਇਸ ਪ੍ਰਕਾਰ ਦਸਵੇਂ ਦੁਆਰ ਦੇ ਵਿਆਸੀ ਜੋਗੀ ਦਸਵੇਂ ਦੁਆਰ ਪ੍ਰਾਣ ਚੜਾ ਕੇ ਮਿਲ ਜਾਂਦੇ ਹਨ। ਜਾਂ ਪੰਜ ਖੇਚਰੀ ਪੁਚਰੀ ਚਰਚਰੀ ਅਗੋਚਰੀ ਉਨਮਨੀ, ਇਹ ਪੰਜ ਮੁੰਦਰਾਂ ਹਨ ਜੋ ਸੁਣਦੇ ਹਨ ਸਰਦਾ ਦੇ ਵਿਸ਼ਵਾਸ ਦੁਆਰਾ, ਤੇ ਪੁੱਛ ਕਰਕੇ ਗੁਰਾਂ ਤੋਂ ਨਾਮ ਦਾ ਮੰਨਣ ਕਰਦੇ ਹੈ। ਸੈਂਕੜੇ ਵਾਰੀ ਸਦਾ ਸਦਾ ਕੁਰਬਾਨ ਬਲਿਹਾਰ ਜਾਂਦੇ ਹਾਂ। ਆਪ ਭੁਲਾਏ ਠੌਰ ਨਾ ਠਾ। ਜਿਹੜਾ ਭਾਈ ਆਪ ਅਗਿਆਨ ਦੁਆਰਾ ਆਪਣੇ ਸਰੂਪ ਨੂੰ ਭੁਲਾ ਦੇਵੇ, ਉਹਨੂੰ ਨਾ ਇਸ ਲੋਕ ਦੀ ਥਾਂ ਠਹਿਰਨ ਨੂੰ, ਨਾ ਪ੍ਰਲੋਕ ਦੀ ਥਾਂ ਬੀਜੇ ਤੁਹਾਨੂੰ ਕਿਹਾ। ਇਸੇ ਪ੍ਰਕਾਰ ਆਪ ਭੁਲਾਏ ਜਿਹੜੇ ਅਗਿਆਨ ਕਰਕੇ ਆਪਣੇ ਸਰੂਪ ਨੂੰ ਭੁਲਾ ਦਿੰਦੇ ਹੈ, ਉਹਨਾਂ ਨੂੰ ਨਾ ਇਸ ਲੋਕ ਤੁਰਿਆ ਪਾ ਦੋ, ਨਾ ਸੱਚਖੰਡ ਤੋਂ ਸਾਂ ਦੀ ਪ੍ਰਾਪਤੀ ਹੁੰਦੀ ਪ੍ਰਲੋਕ ਵਿੱਚ। ਤੂੰ ਸਮਝਾਵ ਹੈ ਮੇਲ ਮਿਲਾ। ਇਹ ਮਹਾਰਾਜ ਜਿਨ੍ਹਾਂ ਦੇ ਤਾਈਂ ਤੁਸੀਂ ਕਿਰਪਾ ਕਰਕੇ ਸਮਝਾਉਂਦੇ ਹੋ ਗੁਰਾਂ ਦੁਆਰਾ, ਗੁਰਾਂ ਦੁਆਰਾ ਸ਼ਬਦ ਦੇ ਮੇਲ ਵਿੱਚ ਮਿਲ ਕਰਕੇ ਤੇਰੇ ਸੁਨੇਹ ਦਾ ਮਿਲਾਪ ਹੁੰਦਾ ਹੈ। ਨਾਮ ਮਿਲੇ ਚੱਲੇ ਮੈਂ ਨਾਮ। ਇਹ ਸਤਿਗੁਰੂ ਸਾਨੂੰ ਨਾਮ ਆਪਦਾ ਮਿਲੇ, ਸਾਡੇ ਗੁਰੂ ਬ੍ਰਹਮਾਕਾਰ ਜਦੋਂ ਹੋਵੇ ਸੰਸਾਰਾਕਾਰ ਤੋਂ ਹਟ ਕੇ ਉਦੋਂ ਸਾਡੇ ਨਾਲ ਚੱਲੇ। ਬਿਨ ਨਾਮ ਹੈ ਬਾਗੀ ਸਭ ਕਾ। ਜਿਹਨਾਂ ਨਾਲ ਤੋਂ ਭੂਤ ਲਿਖਤ ਵਰਤਮਾਨ ਕਾਲ ਦੀ ਸਾਰੀ ਬੰਨੀ ਹੋਈ ਹੈ, ਚੇਤਨ ਕੀਤੀ ਹੋਈ ਹੈ। ਰਹਾਉ ਖੇਤੀ ਵਣਜ ਨਾਵ ਹੈ ਕੀ ਹੋ। ਮਹਾਰਾਜ ਖੇਤੀ ਵਣਜ, ਜੇ ਕੋਈ ਖੇਤੀ ਕਰਨੀ ਹੈ ਕਿਸਾਨ ਬਣ ਕੇ, ਜਾਂ ਵਣਜ ਵਪਾਰ ਕਰਨਾ ਵਪਾਰੀ ਬਣ ਕੇ, ਅਸੀਂ ਤਾਂ ਮਹਾਰਾਜ ਨਾਮ ਦੀ ਔਰਤ ਨੂੰ ਸਭ ਕੁਛ ਸਮਝਿਆ। ਤੇਰਾ ਨਾਮ ਵੀ ਸਾਡੀ ਖੇਤੀ ਹੈ, ਤੇਰਾ ਨਾਮ ਹੀ ਸਾਡਾ ਵਪਾਰ ਹੈ, ਇਹੋ ਹੀ ਓਟ ਹੈ ਸਾਡੀ। ਪਾਪ ਪੁੰਨ ਬੀਜ ਕੀ ਪੋ। ਜਿਹੜੇ ਪਾਪ ਤੇ ਪੁੰਨ ਹੈ ਨਾ, ਜੰਮਣ ਮਰਨ ਦੇ ਬੀਜ ਦੀ ਪੰਡ, ਇਹਦੇ ਤਾਈ ਪੁੱਟ ਦਿੱਤਾ ਹੈ, ਹਿਰਦੇ ਚ ਰਹਿਣ ਨਹੀਂ ਦਿੱਤਾ ਹੈ। ਕਾਮ ਕ੍ਰੋਧ ਜੀ ਮਹਿ ਚੂ। ਜਿਹੜੇ ਕਾਮ ਤੇ ਕ੍ਰੋਧ ਹਿਰਦੇ ਵਿੱਚ ਹੈ, ਇਹਨਾਂ ਨੂੰ ਸਮਦਮ ਸਾਧਨਾ ਦੀ ਹਿਰਦੇ ਚ ਚੋਟ ਮਾਰ ਕੇ ਬਾਹਰ ਕੱਢ ਦਿੱਤਾ ਹੈ, ਵਸਤੂ ਵਿਚਾਰ ਦੁਆਰਾ ਕਾਮ ਨੂੰ, ਸ਼ਾਂਤੀ ਦੁਆਰਾ ਕ੍ਰੋਧ ਨੂੰ, ਇਹਨਾਂ ਨੂੰ ਚੋਟ ਲਾ ਕਰਕੇ ਨਾ ਸਾਧਨਾ ਦੀ ਵਿਰਾਗ ਵੇਖ ਕਾਲਕਾਂ ਦੀ ਕੱਢ ਦਿੱਤਾ ਹੈ। ਨਾਮ ਵਿਸਾਰ ਚੱਲੇ ਮਨ ਖੋ। ਜਿਹੜੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਦੇ ਹੈ, ਉਹ ਮਨ ਦੀਆਂ ਖੋੜਤਾਈਆਂ ਨੂੰ ਸਾਰੀਆਂ ਨੂੰ ਵਿਸਾਰ ਕੇ ਵਾਹਿਗੁਰੂ ਦੇ ਸਰੂਪ ਤੇ ਚੱਲਦੇ ਹੈ। ਫਿਰ ਮਨ ਚ ਖੁਟਿਆਈ ਨੀ ਉਹਨਾਂ ਦੇ ਕੋਈ ਕਿਸੇ ਪ੍ਰਕਾਰ ਦੀ ਰਹਿੰਦੀ ਹੈ। ਸਾਚੇ ਗੁਰ ਕੀ ਸਾਚੀ ਸੀ, ਇਹ ਸੱਚੇ ਸਤਿਗੁਰਾਂ ਦੀ ਸੱਚੀ ਸਿੱਖਿਆ ਹੈ। ਤਨ ਮਨ ਸੀਤਲ ਸਾਚ ਭਰੀ। ਜਿਹਨਾਂ ਗੁਰੂ ਸਾਹਿਬ ਨੂੰ ਸੱਚੇ ਨਾਮ ਦੀ ਪਰਖ ਦੇ ਦਿੱਤੀ ਹੈ, ਜਾਂ ਸੱਚਾ ਨਾਮ ਪਰੋਸ ਦਿੱਤਾ ਹੈ, ਉਹਨਾਂ ਤਨ ਵੀ ਵਿਸ਼ਿਆਂ ਵੱਲੋਂ ਤੇ ਮਨ ਵੀ ਵਿਕਾਰਾਂ ਵੱਲੋਂ ਸੀਤਲ ਹੋ ਗਿਆ ਹੈ। ਜਲ ਪੁਰਾਣ ਰਸ ਕਮਲ ਪਰੀ। ਉਹ ਦੁਨੀਆਂ ਦੇ ਪਦਾਰਥਾਂ ਵੱਲੋਂ ਐਨ ਨਿਰਲੇਪ ਰਹਿੰਦੇ ਹੈ, ਜਿਵੇਂ ਪੁਰਾਣ ਚਪੱਤੀ ਜਲ ਤੋਂ ਨਿਰਲੇਪ ਰਹਿੰਦੀ ਹੈ।
जिस प्रकार कबल जेड़े रस पानी तो परखी दे निर्लेप रहिंदे खुशक रहिंदे है ऐ स्वर्ग लोग दे ब्रह्म लोग दे ते भोगां तो भी ओह निर्लेप है ते दुनिया दे पदार्थां वलों भी निर्लेप हन कबल वांगू पदार्थ स्वर्गारकां दे पदार्थां तो ते माग लोग दे चपत्ती वांगू निर्लेप रहिंदे हन पदार्थां तो शब्द रते मीठे रस ई जो गुरां दे शब्द वेख विच रंगे होए है उन्होंने एक नाल मिठा रस आनंद प्राप्त होया ब्रह्मानंद हुक्म संजोगी गढ़ दास द्वार हुक्म संजोगी जो गुरां दे हुक्म दे संजोगी होए हन गढ़ दास द्वार उन्होंने दसां द्वारां वाला जिहड़ा शरीर है एक आकी गढ़ जिहड़ा मन है इस दे ताईं घड़िया है अपने बस कर लिया है पांच वस है मेल जूत अपार ओ पांच चेतन दे च पांच संत महात्मा वसदे है अपार रूप ज्योति जी मिलके ज्यों जल में जल आए खटाना त्यों ज्योति सन जोर समाना आ माया भी जोर मिलके वसदे है ना तेल होके आप तुले आपे बन जा गंगा के संग सलता बिजली सो सलता गंगा हुए लिबरी है आप तुले आपे बन जा ब्रह्म दृष्टि होगी है आप ही सिख होके भिखारी होके तन मन धन देन रूप तुलदा है गुरां दे विचार रूपी तकड़ी ते आप ही भिखारी होके बन जा रहा है आप ही गुरु साहब विचार रूपी तुला है ते ओहदे ते बन जा रहे भिखारियों नूं तोलदे है तन मन धन सब सौंप गुर को हुक्म मन्या पाई है बुद्धि रूपी तराजू द्वारा शास्त्र प्रमाण वट्टा पा के जिन्हां नूं आप मेरा वाहिगुरु गुरु स्वरूप होके तोलदा है ओ आप ही बन जा रहे वाहिगुरु दे स्वरूप दी प्राप्ति दे अधिकारी उत्तम अधिकारी जिन जाता सो तुसी जिहा हो जांदे हन नानक नाम सवारण हार सतगुरु साहब कहिंदे ने भाई सारे जीवां दे जीवन नूं परमेश्वर दा नाम ही सवारण वाला है जो महाराज नाम जपदे ने जीवन सुधर जांदे महाराज दी कृपा करके गौड़ी महला पहला जातो जाए कहां ते आवे सतगुरां दे पास भाई दासा पाता आदिक सिख बैठे है श्री करतारपुर साहब विच गरीब नवाज जी ने दासे पट दे ताई पुछया दासा पट इच्छा कर जो कोई चाहना तेनु उपदेश देईए इन क्या महाराज कृपा करो मेनू ये दसो ये जीव कित्थों आया ते किधर नु ये जांदा है कित्थों पैदा होया है ते किथे जाके लीन होवेगा संसार ये बज क्यों गया मुक्ति किवें पावेगा किवें मलासी च मिलेगा इन्हे साडे प्रश्न है सो साल दा उत्तर गुरु साहब जी पहला प्रश्न भी आप ही सिद्ध गोष्ठ वांगू बनाउंदे है फिर उत्तर सच्चे पातशाह बख्शणगे गौड़ी महला पहला जातो जाए कहां ते आवे ये सतगुरु गल जातो जाए जानी जावे कहां ते आवे जीव कित्थों आया अते दूजा प्रश्न है कहां ते आवे कह उपजै कह जाए समावे संसार किथों पैदा होया ते संसार किथे जाके समावे समावेगा लीन होवेगा ते जातो जाए ते जातो पैदा किथों जाए पैदा किथों ए भी गल जानी जावे ते कहां ते आवे जीव पैदा किथों होया ते किथों आउंदा है कह उपजै संसार किथों पैदा होया है जी कह जाए समाज कोई जगह जी जाके संसार लीन हुंदा मिलदा है भेद हुंदा है क्यों बाध्यो क्यों मुक्ति पावे तीजा प्रश्न चौथा मारा प्रश्न है क्यों जीव बज गया पांचवा ये प्रश्न है मुक्ति किवें पावे क्यों अविनाशी सहज समावे ते छेवा प्रश्न है अविनाशी जो परमेश्वर है ओदे सहजे ही स्वरूप विच किवें समावे लीन होवे ये भी साडा प्रश्न है कृपा करके उत्तर दियो नाम हृदय अमृत मुख नाम मारा कहंदे भाई ये सारे प्रश्न उत्तर लेना है ता ऐ अभ्यास कर तेनु सब कुछ मिल जाएगा हृदय च भी नाम जपया कर अमृत रूप नाम जो अमृत दे चुड़े नाल मिलिया है मुख नाम ते मुख विच ही अमृत नाम वाहिगुरु वाह अमृत नाम है गुरमुख पावे कोए नरहर नाम नरहर मेह काम जेड़ा नरां नूं हरे करन वाला परमेश्वर दा नाम है ते नरहर नरसिंह आदिक रूपां नूं धारण वाला जेड़ा है परमेश्वर निष्काम हो के जो नरहर नरां नूं हरे करन वाला नियंता ब्रह्म है नरसिंह आदिक जी दी आज्ञा च पैदा होए है उस परमेश्वर दे नाम नूं निष्काम हो के सिमरे फिर जो कोई प्रश्न करे सब उत्तर आपे ही अंदरों खुल जांदे है महाराज कृपा करके वखो वखरे उत्तर दियो
ਤਾਂ ਸੁਣ ਕੇ ਗੁਰੂ ਸਾਹਿਬ ਸੁਣਾਉਂਦੇ ਹਨ। ਰਹਾਉ ਸਹਿਜੇ ਆਵੇ ਸਹਿਜੇ ਜਾਏ। ਇਹ ਭਾਈ ਇਹ ਜੀਵ ਕਿੱਥੋਂ ਜਾਤੋ ਜਾਏ ਕਹਾਂ ਤੇ ਆਵੇ। ਇਹ ਸੱਚੇ ਪਾਤਸ਼ਾਹ ਜੀਵ ਕਿੱਥੋਂ ਆਇਆ? ਕਹਿੰਦੇ ਸਹਿਜ ਪਰਮੇਸ਼ਰ ਦੇ ਸਰੂਪ ਵਿੱਚੋਂ ਹੀ ਭਾਈ ਪੈਦਾ ਹੋ ਕੇ ਆਇਆ ਹੈ। ਸਹਿਜੇ ਜਾ ਅਤੇ ਸਹਿਜੇ ਉਹਦੇ ਸਰੂਪ ਵਿੱਚ ਹੀ ਜਦੋਂ ਗਿਆਨ ਹੋ ਗਿਆ, ਭਰਮ ਚੱਕਿਆ ਗਿਆ, ਅਤੇ ਜਿਹੜੇ ਮਲਨ ਹੰਗਤਾ ਹੈ, ਮਲਨ ਵਾਸ਼ਨਾ ਹੈ, ਸਾਰੀਆਂ ਨਾਸ਼ ਹੋ ਗਈਆਂ, ਉਦੋਂ ਸਹਿ ਸਰੂਪ ਚ ਜੀਵ ਜਾ ਕੇ ਬ੍ਰਹਮ ਦਾ ਰੂਪ ਦੇ ਵਿੱਚ ਸਮਾ ਜਾਏਗਾ। ਜੈਸੇ ਜਾਵੇ ਜੈਸੇ ਇੱਕ ਨਾ ਤਰੰਗ ਕੋ ਟੁੱਟ ਹੈ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ। ਮਨ ਤੇ ਉਪਜੈ ਮਨ ਮਾਹੇ ਸਮਾ। ਇਹ ਜਗਤ ਮਾਰਾ ਕਿੱਥੋਂ ਪੈਦਾ ਹੋਇਆ? ਦੂਆ ਪਾਸ਼ਨ ਸੀ ਇਹ ਜਾਤੋ ਜਾਵੇ। ਉੱਤਰ ਦਾ ਪਹਿਲਾਂ ਦੱਸਿਆ ਵੀ ਸਹਿਜੇ ਆਵੇ ਸਹਿਜੇ ਜਾਏ, ਕਹਿ ਜਾਤੋ ਜਾਏ ਕਹਾਂ ਕੇ ਆਵਾ। ਹੁਣ ਕਹਿੰਦੇ ਕਹਿ ਉਪਜੇ ਕਹੀਂ ਜਾਏ ਸਮਾਵੇ। ਇਹ ਸੰਸਾਰ ਕਿੱਥੋਂ ਪੈਦਾ ਹੋਇਆ? ਕਿੱਥੇ ਜਾ ਕੇ ਸਮਾਵੇਗਾ? ਮਨ ਤੇ ਉਪਜੈ ਮਨ ਮਾਹੇ ਸਮਾਏ। ਭਾਈ ਮਨ ਤੋਂ ਸਾਰਾ ਸੰਸਾਰ ਪੈਦਾ ਹੋਇਆ, ਸਾਰੇ ਦੀ ਸ੍ਰਿਸ਼ਟੀ ਮਨੋਮਈ ਹੈ। ਜਿਹਾ ਜਿਹਾ ਕਿਸੇ ਦਾ ਭਲਾ ਮਾਨਸਾ ਤਾਂ ਸਾਰਿਆਂ ਨੂੰ ਸੁਖੀ ਏ, ਕੋ ਪੇਖੇ ਸਭ ਸੁਖੀ ਆ, ਰੋਗੀ ਕੇ ਭਾਣੇ ਸਭ ਰੋਗੀ, ਸੁਖੀ ਆ ਸਾਰਿਆਂ ਨੂੰ ਸੁਖੀ ਹੀ ਵੇਖ ਲੈ, ਰੋਗੀ ਸਾਰਿਆਂ ਨੂੰ ਰੋਗੀ ਹੀ ਸਮਝ ਲੈਂਦਾ। ਇਸੇ ਪ੍ਰਕਾਰ ਹਉਮੈ ਜੀ ਦਾ ਮਨ ਵਿਆਪਿਆ ਉਹ ਸਾਰਿਆਂ ਦੇ ਬਰਲਾਪ ਦੇ ਹੀ ਦਿਸਦੇ ਹੈ। ਜਿਹਦਾ ਸਭ ਸੰਗ ਦੇ ਮਨ ਫਿਕਰ ਹੋ ਗਿਆ ਉਹ ਸਭ ਸੰਗ ਜੀ ਸਾਰਿਆਂ ਨੂੰ ਸ਼ਾਂਤ ਹੀ ਵੇਖਦਾ ਹੈ। ਇਸ ਪ੍ਰਕਾਰ ਮਨ ਤੇ ਉਪਜੈ ਮਨ ਮਾਹੇ। ਜਗਤ ਸਾਰਾ ਮਨ ਤੋਂ ਹੀ ਪੈਦਾ ਹੋਇਆ ਹੈ, ਮਨ ਦੀ ਕਲਪਨਾ ਹੈ। ਮਨ ਮਾਹੇ ਸਮਾਏ। ਜਦੋਂ ਮਨ ਸਮਾ ਗਿਆ ਉਦੋਂ ਮਨ ਕੀ ਲੈ ਹੋਏਗਾ, ਸਮਾ ਜਾਏਗਾ। ਜਿਵੇਂ ਕਾਂਸੀ ਤੇ ਤੁਰੂਪੀਏ ਤੁਮ ਕਾਂਸੀ ਜਾਈ, ਜਦੋਂ ਘੜਿਆਲ ਤੇ ਟਕੋਰ ਮਾਰੀਏ ਉਹਦੇ ਵਿੱਚੋਂ ਪੈਦਾ ਹੁੰਦੀ ਆਵਾਜ਼, ਫਿਰ ਹੌਲੀ ਹੌਲੀ ਉਹਦੇ ਵਿੱਚ ਬਰੀਕ ਹੁੰਦੀ ਹੁੰਦੀ ਜਾ ਕੇ ਘੜਿਆਲ ਚ ਲੀਨ ਹੋ ਜਾਂਦੀ ਹੈ। ਕਿਉਂ? ਮਨ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਮਨ ਦੇ ਲੀਨ ਹੋ ਰਹੇ ਕਰਕੇ ਮਨ ਚ ਲੀਨ ਹੋ ਜਾਏਗਾ। ਗੁਰਮੁਖ ਮੁਕਤੂ ਬੰਧ ਨਾ ਪਾ। ਅਤੇ ਤੀਜਾ ਪ੍ਰਸ਼ਨ ਚੌਥਾ ਪ੍ਰਸ਼ਨ ਸੀ ਕਿਉਂ ਬੰਧ? ਕਿਹਦੇ ਪ੍ਰਸ਼ਨ ਦਾ ਉੱਤਰ ਮਗਰੋਂ ਦੇਣਾ ਹੈ? ਪਹਿਲਾਂ ਤੁਸੀਂ ਪੜ੍ਹ ਲਿਓ ਇਹ। ਗੁਰਮੁਖ ਮੁਕਤੂ ਬੰਧ ਨਾ ਪਾ। ਅਗਲੀ ਟੁਕੀ ਪੜੋ। ਸਬਦ ਵਿਚਾਰ ਛੁਟੈ ਹਰ ਨਾਏ। ਹੁਣ ਪਹਿਲਾਂ ਪ੍ਰਸ਼ਨ ਦਾ ਉੱਤਰ, ਪ੍ਰਸ਼ਨ ਹੈ ਇਹ ਕਿਉਂ ਬੰਧ, ਇਹ ਜੀਵ ਬੱਝ ਕਿਉਂ ਗਿਆ, ਉਹਦਾ ਉੱਤਰ ਦਿੰਦੇ। ਹੁਣ ਅਗਲੀਆਂ ਟੁਕਾਂ ਪੜੋ। ਸਰਵਰ ਪੰਛੀ ਬਹੁ ਨਿਸਬਾ। ਭਾਈ ਬਿਰਸ਼ ਦੇ ਉੱਤੇ ਪੰਛੀ ਰਾਤ ਨੂੰ ਰਾਤ ਪਈ ਤੋਂ ਬਹੁਤ ਸਾਰੇ ਬਸਣਾ ਕਰਦੇ ਹਨ। ਸੁਖ ਦੁਖੀਆ ਮਨ ਮੋਹ ਬਿਨਾ। ਜਿਹਨੂੰ ਬਿਰਸ਼ ਦੇ ਫਲਾਂ ਦੀ ਇੱਛਾ ਹੋਵੇ ਅਤੇ ਜਿਹਦੇ ਉੱਥੇ ਬੱਚੇ ਦਿੱਤੇ ਹੋਣ, ਆਲਣਾ ਪਾਇਆ ਹੋਵੇ, ਉਹ ਜੇ ਬਿਰਸ਼ ਚੋਂ ਸੁਖ ਨਿਕਲੇ ਤਾਂ ਸੁਖੀ ਮੰਨਦਾ ਹੈ, ਜੇ ਦੁੱਖ ਨਿਕਲੇ ਤਾਂ ਦੁੱਖ ਅੱਗ ਲੱਗ ਜਾਵੇ ਤਾਂ ਦੁੱਖ ਮੰਨਦਾ ਹੈ। ਕਿਉਂ? ਮਨ ਦੇ ਮੋਹ ਕਰਕੇ ਨਾਸ਼ ਹੁੰਦਾ ਨਾ। ਇਸੇ ਪ੍ਰਕਾਰ ਸਾਂਝ ਸਾਂਝ ਵਿਹਾਗ ਤੱਕ ਹੈ ਆਗਾਸ। ਜਿਸ ਵੇਲੇ ਸਾਂਝ ਰਾਤ ਮੁੱਕ ਜਾਂਦੀ ਹੈ, ਵਿਹਾਗ ਨਾਮ ਹੈ ਦਿਨ ਦਾ, ਜਦੋਂ ਦਿਨ ਚੜ੍ਹ ਜਾਂਦਾ ਹੈ ਉਦੋਂ ਪੰਛੀ ਆਕਾਸ਼ ਵੱਲ ਤੱਕਦੇ, ਦਿਸ਼ਾ ਨੂੰ ਛੱਡ ਕੇ ਉੱਡ ਜਾਂਦੇ ਹਨ। ਦਹ ਦਿਸ ਧਾਵ ਹੈ ਕਰਮ ਲਿਖਿਆ। ਉਹ ਦਸੋ ਦਸੋ ਚ ਦੌੜਦੇ ਆ ਕਰਮਾਂ ਦੀ ਲਿਖਤ ਅਨੁਸਾਰ, ਉੱਥੇ ਜਾ ਕੇ ਉਹ ਚੋਗੇ ਚੁਗਦੇ। ਇਸੇ ਪ੍ਰਕਾਰ ਸਰਵਰ ਸਰਵਰ ਪੰਛੀ ਬਹੁ ਨਿਸਬਾ। ਸਰਵਰ ਬਿਰਸ਼ਦੀ ਨਹੀਂ ਆਈ, ਸੰਸਾਰ ਬਿਰਖ ਹੈ, ਬਿਰਖਾ ਹੇਠ ਸਭ ਜਨਤੇ ਇਕੱਠੇ, ਇੱਕ ਪੱਤੇ ਇੱਕ ਬੋਲਣ ਮਿੱਠੇ, ਆਸਤਾ ਦੋਧ ਪਿਆ ਉੱਠ ਚੱਲੇ, ਜਿਉਂ ਜਿਉਂ ਬਹੁਤ ਵਿਹਾਣੀਆਂ। ਸ੍ਰੀ ਸੰਸਾਰ ਰੂਪੀ ਬਿਰਸ਼ ਹੈ, ਇਹ ਤੇ ਜਿੰਨੇ ਪੰਛੀਆਂ ਨੇ ਸੰਬੰਧੀ ਹੈ, ਇਹ ਸਾਰੇ ਕੋਈ ਕਿਹਦਾ ਪੁੱਤ ਹੈ, ਪੋਤਰ ਹੈ, ਕੋਈ ਸਤਰੀ ਹੈ, ਕੋਈ ਪੁੱਤਰ ਹੈ, ਕੋਈ ਪਿਤਾ ਹੈ, ਕੋਈ ਕੁਝ ਹੈ ਸੰਬੰਧੀ। ਕਿਉਂ? ਇਹ ਪੰਛੀਆਂ ਦੀਆਂ ਹੀ ਸਾਰੇ ਸੰਸਾਰ ਰੂਪੀ ਬਿਰਸ਼ ਦੇ ਉੱਪਰ ਇਕੱਠੇ ਹੋਏ ਹਨ। ਅਵਸਥਾ ਰੂਪੀ ਰਾਤ ਹੈ ਉਮਰ ਸਾਰਿਆਂ ਦੀ, ਇਹਦੇ ਵਿੱਚ ਸਾਰੇ ਆ ਕੇ ਵਸਦੇ ਹਨ, ਕਿਸੇ ਦੇ ਲੈਣੇ ਦੇਣ ਦੇ ਸੰਬੰਧ ਨਾਲ ਸਾਰੇ ਇਕੱਠੇ ਹੋਏ ਹਨ। ਸੁਖ ਦੁਖੀਆ ਮਨ ਮੋਹ ਬਿਨਾ। ਮਨ ਦੇ ਮੋਹ ਕਰਕੇ ਜੇ ਤਾਂ ਪਦਾਰਥ ਉੱਥੇ ਇਹਨੂੰ ਪ੍ਰਾਪਤ ਹੁੰਦੇ ਤਾਂ ਸੁਖ ਮੰਨਦਾ, ਜੇ ਪਦਾਰਥ ਨਾਸ਼ ਹੋ ਜਾਏ ਦੁੱਖ ਮੰਨਦਾ ਹੈ। ਇਸ ਪ੍ਰਕਾਰ ਮਨ ਦੇ ਮੋਹ ਕਰਕੇ ਨਾਸ਼ ਹੁੰਦੇ ਰਹਿੰਦੇ ਆ ਸਾਰੇ, ਸੁਖ ਦੁੱਖ ਦੇ ਵਿੱਚ ਵੱਜੇ ਹੋਏ। ਸਾਂਝ ਵਿਹਾਗ ਤੱਕ ਹੈ ਆਗਾਸ। ਸਾਂਝ ਵਿਹਾਗ ਤੱਕ ਹੈ ਆਗਾਸ। ਸਾਂਝ ਵਿਹਾਗ ਤੱਕ ਹੈ ਆਕਾਸ਼। ਜਦੋਂ ਸਾਂਝ ਰਾਤ ਗੁਜ਼ਰ ਜਾਂਦੀ ਹੈ ਉਸ ਵੇਲੇ ਵਿਹਾਗ ਦਿਨ ਚੜ੍ਹ ਜਾਂਦਾ ਹੈ, ਫਿਰ ਆਕਾਸ਼ ਵੱਲ ਨੂੰ ਪੰਛੀ ਤੱਕਣ ਲੱਗ ਜਾਂਦੇ ਹੈ। ਇਵੇਂ ਸਾਂਝ ਜਦੋਂ ਉਮਰ ਰੂਪੀ ਰਾਤ ਮੁੱਕ ਜਾਂਦੀ ਹੈ, ਕਾਲ ਰੂਪੀ ਦਿਨ ਚੜ੍ਹ ਜਾਂਦਾ ਹੈ, ਉਦੋਂ ਆਕਾਸ਼ ਲੋਕ ਪ੍ਰਲੋਕ ਦੇ ਕੋਈ ਸਵਰਗ ਨੂੰ ਕੋਈ ਨਰਕ ਨੂੰ
ਕਿ ਪ੍ਰਲੋਕ ਚ ਗਮਨ ਕਰਨ ਆਕਾਸ਼ ਵੱਲ ਸਾਰੇ ਤੱਕਣ ਲੱਗ ਜਾਂਦੇ ਜਾਂਦੇ ਆਪਦੇ ਕਰਮਾਂ ਦਾ ਫਲ ਭੋਗਣ ਵਾਸਤੇ ਦਹ ਦਿਸ ਧਾਵ ਹੈ ਕਰਮ ਲਿਖਿਆ ਇਸ ਪ੍ਰਕਾਰ ਦਸੋ ਦਸੋ ਚ ਦੌੜਦੇ ਫਿਰਦੇ ਹੈ ਆਪਣੀ ਲਿਖਤੀ ਲਿਖੀ ਹੋਈ ਕਲਮ ਕਰਮਾਂ ਦੀ ਲਿਖਤ ਅਨੁਸਾਰ ਨਾਮ ਸੰਜੋਗੀ ਗੋਇਲ ਥਾਕ ਇਸ ਪ੍ਰਕਾਰ ਭਾਈ ਕਿਉਂ ਬੰਧ ਇਸ ਪ੍ਰਕਾਰ ਇਹ ਜੀਵ ਬੱਜ ਗਿਆ ਹੈ ਫਿਰ ਮਹਾਰਾਜ ਕਿਵੇਂ ਬੱਝਿਆ ਅਗਲੀਆਂ ਤੁਕਾਂ ਵੀ ਪੜੋ ਨਾਮ ਸੰਜੋਗੀ ਗੋਇਲ ਥਾਕ ਇਹ ਭਾਈ ਦੁਨੀਆਂ ਦੇ ਅੰਦਰ ਨਾਮ ਰੂਪ ਦੇ ਸੰਜੋਗੀ ਹੋਏ ਮੇਰਾ ਇਹ ਨਾਮ ਹੈ ਮੇਰਾ ਇਹ ਆਕਾਰ ਹੈ ਇਸ ਦੇ ਸੰਜੋਗੀ ਹੋ ਕੇ ਹੋਮੇ ਚੱਕੀ ਫਿਰਦੇ ਹੈ ਤੇ ਹੈ ਗੋਲ ਵਾਸੇ ਦੀਆਂ ਇਹ ਠਾਠ ਜਿਹੜਾ ਸੰਸਾਰ ਦੀ ਬਣਾਵਟ ਹੈ ਪਰ ਇਹਨਾਂ ਨੇ ਇਸ ਤੋਂ ਰਹਿਣ ਵਾਲਾ ਥਾਂ ਮੰਨਿਆ ਹੈ ਇਹ ਗੋਲ ਵਾਸਾ ਨਹੀਂ ਸਮਝਿਆ ਸੰਸਾਰ ਨੂੰ ਚੱਲ ਰਹਿਣ ਵਾਲਾ ਸਮਝ ਬੈਠੇ ਕਾਮ ਕ੍ਰੋਧ ਫੂਟੈ ਵਿਖ ਮਾਰ ਇਸ ਕਰਕੇ ਕੋਈ ਕਾਮ ਵਿੱਚ ਫਸੇ ਹੋਏ ਹੈ ਕੋਈ ਕ੍ਰੋਧ ਵਿੱਚ ਫਸੇ ਹੋਏ ਹੈ ਕੋਈ ਉਹ ਵਿਸ਼ਿਆਂ ਚ ਲੱਗੇ ਹੋਏ ਹੈ ਇਹਨਾਂ ਨੂੰ ਸਰੀਰ ਰੂਪੀ ਮੱਟ ਕੇ ਕਈ ਕੰਮ ਹੀ ਮਾਰੇ ਛਿਪੇ ਜਾਂਦੇ ਹੈ ਕਈ ਕ੍ਰੋਧ ਦੇ ਨਾਲ ਮਾਰੇ ਜਾਂਦੇ ਹੈ ਕਿਉਂ ਵਿਸ਼ਿਆਂ ਦੇ ਚ ਲੱਗ ਕਰਕੇ ਇਹਨਾਂ ਦੇ ਸਰੀਰ ਰੂਪੀ ਮੱਟ ਫੁੜਦੇ ਰਹਿੰਦੇ ਹੈ ਜੰਮਦੇ ਮਰਦੇ ਰਹਿੰਦੇ ਹਨ ਬਿਨ ਵੱਖਰ ਸੂਨੋ ਘਰ ਹਾਰ ਬਿਨਾਂ ਸੱਚੇ ਪਾਤਸ਼ਾਹ ਦੇ ਨਾਮ ਰੂਪੀ ਵਸਤੂ ਤੋਂ ਇਹਨਾਂ ਦਾ ਘਰ ਵੀ ਖਾਲੀ ਰਹਿ ਜਾਂਦਾ ਹੈ ਸਰੀਰ ਵੀ ਤੇ ਹੱਟ ਇੰਦਰੇ ਵੀ ਖਾਲੀ ਰਹਿ ਜਾਂਦੇ ਹੈ ਖਾਲੀ ਚੱਲੇ ਧਨੀ ਸਿੰਘ ਟਿੱਬੇ ਜਿਉਂ ਮੀਹਾਂ ਹੋ ਦੁਨੀਆਂ ਚੋਂ ਖਾਲੀ ਕੂਚ ਕਰਕੇ ਚਲੇ ਜਾਂਦੇ ਹੈ ਇਹੀ ਜੀ ਹਾਲਤ ਇਹਨਾਂ ਦੀ ਰਹਿੰਦੀ ਹੈ ਕਿਉਂ ਭਾਈ ਇਹ ਬੱਝੇ ਹੋਏ ਜੀਵ ਹੈ ਫਿਰ ਹੁਣ ਅਗਲੀ ਤੁਕ ਉੱਥੋਂ ਪੜੋ ਫੇਰ ਕਿਉਂ ਮੁਕਤੀ ਪਾਵੇ ਮੁਕਤੀ ਕਿਵੇਂ ਪਾਵੇ ਕਿਉਂ ਵਾਧਿਓ ਕਿਉਂ ਮੁਕਤੀ ਪਾਵੇ ਸ਼ਬਦ ਵਿਚਾਰ ਛੁੱਟਾ ਹਰ ਨਾਲ ਸ਼ਬਦ ਵਿਚਾਰ ਛੁੱਟਾ ਹਰ ਨਾਲ ਗੁਰਮੁਖ ਮੁਕਤੋ ਬੰਧ ਨਾ ਪਾਏ ਗੁਰਮੁਖ ਸ਼ਬਦ ਵਿਚਾਰ ਜਿਹੜੇ ਗੁਰਮੁਖ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਹੈ ਤੇ ਹਰੀ ਦੇ ਨਾਮ ਦਾ ਜਾਪ ਕਰਦੇ ਹੈ ਉਹ ਬੰਧਨਾਂ ਤੋਂ ਮੁਕਤ ਹੋਏ ਉਹਨਾਂ ਨੂੰ ਫਿਰ ਜੰਮਣ ਬੰਦੇ ਬੰਧਨ ਨਹੀਂ ਕਿਸੇ ਪ੍ਰਕਾਰ ਦੇ ਪੈਂਦੇ ਇਸ ਪ੍ਰਕਾਰ ਮੁਕਤ ਹੋਈਦਾ ਹੈ ਕਿਉਂ ਬੰਧ ਉਹਦੇ ਉੱਤਰ ਦੇ ਕੇ ਕਿਉਂ ਮੁਕਤੀ ਪਾਵੇ ਹੁਣ ਇੱਕ ਪ੍ਰਸ਼ਨ ਰਹਿ ਗਿਆ ਉਹ ਕਿਉਂ ਅਵਿਨਾਸ਼ੀ ਸਹਿਜ ਸਮਾਵੇ ਅਵਿਨਾਸ਼ੀ ਪਰਮੇਸ਼ਰ ਜੋ ਹੈ ਉਹਦੇ ਚ ਸੁਦੇ ਜੀਵ ਕਿਵੇਂ ਸਮਾਵੇ ਇਹ ਕਿਰਪਾ ਕਰਕੇ ਦੱਸੋ ਦਾ ਉੱਤਰ ਹੁਣ ਦਿੰਦੇ ਹਨ ਨਾਮ ਸੰਜੋਗੀ ਗੋਇਲ ਥਾਕ ਭਾਈ ਸਾਧ ਮਿਲਿਆ ਪੂਰਵ ਸੰਜੋਗ ਸਾਧ ਸੰਗਤ ਨਾਲ ਇਹਦੇ ਪੂਰਵਲੇ ਪੁਨ ਨਿਸ਼ਕਾਮ ਕਰਮ ਕੀਤੇ ਹੋਣ ਉਹਨਾਂ ਦੇ ਕਰਕੇ ਮਿਲੇ ਨਾ ਸੰਤਾਂ ਦੀ ਸੰਗਤ ਮਿਲ ਕਰਕੇ ਪੂਰਵ ਨੇ ਸੰਯੋਗਾਂ ਪੁੰਨਾਂ ਦੇ ਪ੍ਰਤਾਪ ਕਰਕੇ ਪੜੋ ਕਾਂ ਨਾਮ ਸੰਜੋਗੀ ਨਾਮ ਸੰਜੋਗੀ ਗੋਇਲ ਥਾਕ ਜਿਹੜੇ ਪਰਮੇਸ਼ਰ ਦੇ ਨਾਮ ਦਾ ਸੰਜੋਗੀ ਬਣ ਜਾਵੇ ਸੰਗਤ ਨਾਲ ਮਿਲ ਕੇ ਮਹਾਰਾਜ ਦੇ ਨਾਮ ਦਾ ਨਾਲ ਮਿਲਾਪ ਹੋ ਜੇ ਸਿਮਨ ਕਰਨ ਲੱਗ ਜੇ ਤੇ ਸੰਸਾਰ ਨੂੰ ਗੋਲ ਵਾਸਤੇ ਠਾਠ ਬਣਾਉਟ ਸਮਝੇ ਜਿਹਨੂੰ ਚੱਲ ਸਮਝਿਆ ਜਿਵੇਂ ਗੋਲ ਕੱਟਣ ਵਾਸਤੇ ਗਊਆਂ ਲੈ ਕੇ ਲੋਕ ਚਲੇ ਜਾਂਦੇ ਜਿੱਥੇ ਵਰਖਾ ਨਹੀਂ ਹੁੰਦੀ ਦਰਿਆਵਾਂ ਦੇ ਕਿਨਾਰਿਆਂ ਤੇ ਜਦੋਂ ਵਰਖਾ ਉਹਨਾਂ ਦੇ ਨਗਰਾਂ ਚ ਪੈ ਜਾਂਦੀ ਉਦੋਂ ਉਹਨਾਂ ਨੂੰ ਆਉਣਾ ਪੈਂਦਾ ਉਹ ਗੋਲ ਵਾਸਾ ਉਹਨੂੰ ਕਹਿੰਦੇ ਹੈ ਇਵੇਂ ਮਹਾਰਾਜ ਦੀ ਆਗਿਆ ਨਾਲ ਇਹ ਗੋਲ ਇੰਦਰੀਆਂ ਦੇਹਾਂ ਰੂਪੀ ਗਊਆਂ ਲੈ ਕੇ ਜੀਵ ਇੱਥੇ ਸੰਸਾਰ ਰੂਪੀ ਗੋਲ ਵਾਸੇ ਚ ਆਏ ਹੈ ਇੱਥੇ ਪਦਾਰਥਾਂ ਰੂਪੀ ਘਾਹ ਚੁਗਾ ਰਹੇ ਹੈ ਜਦੋਂ ਉਮਰ ਪੂਰੀ ਹੋ ਗਈ ਇੱਥੇ ਤੁਰ ਜਾਣਾ ਰਹਿਣਾ ਨਹੀਂ ਪਵੇਗਾ ਕਿਸੇ ਨੂੰ ਸੋ ਇਸ ਪ੍ਰਕਾਰ ਇਹ ਗੋਲ ਵਾਸੇ ਵੀ ਨਹੀਂ ਸੰਸਾਰ ਦਾ ਠਾਠ ਸਮਝੇ ਕਿ ਸਦਾ ਕੋਈ ਕਾਇਮ ਨਹੀਂ ਸੀ ਕਰਕੇ ਰਹੇਗਾ ਅੰਤ ਮਰੇ ਪਛਤਾਵ ਪ੍ਰਿਥੀ ਪਰ ਜੇ ਜਗ ਮੈਂ ਅਵਤਾਰ ਕਹਾਏ ਕਾਮ ਕ੍ਰੋਧ ਫੂਟੈ ਵਿਖ ਮਾਰ ਇਹ ਜਿਹੜਾ ਕਾਮ ਦਾ ਫੁਰਨਾ ਹੈ ਤੇ ਕ੍ਰੋਧ ਦਾ ਫੁਰਨਾ ਹੈ ਇਹ ਵਿਸ਼ਿਆਂ ਦੇ ਮੱਟ ਹਨਗੇ ਇਹਨਾਂ ਵੱਲ ਇਹਨਾਂ ਦੇ ਤਾਈ ਸਮ ਸਾਧਨ ਦੁਆਰਾ ਸ਼ਾਂਤੀ ਦੁਆਰਾ ਕਾਮ ਦੇ ਤਾਈ ਭੰਨਾ ਕਰੇ ਅਤੇ ਵਸਤੂ ਵਿਚਾਰ ਨਹੀਂ ਕਾਮ ਕ੍ਰੋਧ ਦੇ ਤਾਈ ਸ਼ਾਂਤੀ ਦੁਆਰਾ ਤੇ ਕਾਮ ਦੇ ਤਾਈ ਵਸਤੂ ਵਿਚਾਰ ਦੁਆਰਾ ਇਹਨਾਂ ਮੱਟ ਦੇ ਮਾਨ ਦੇ ਮੱਟ ਨੂੰ ਵਿਸ਼ਿਆਂ ਦੇ ਨੂੰ ਭੰਨ ਦੇਵੇ ਇਸ ਪ੍ਰਕਾਰ ਜੇ ਫੁੱਟ ਜਾਣ ਨਿਵਰਤ ਹੋ ਜਾਣ ਬਿਨ ਵੱਖਰ ਸੁਣੋ ਘਰ ਹਾਰ ਫਿਰ ਆਸਰੀ ਸੰਪਦਾ ਰੂਪੀ ਜਿਹੜੀ ਵੱਖਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਇਹਨਾਂ ਤੋਂ ਇਸ ਲਾਭ ਤੋਂ ਸੁਣਨਾ ਕਰ ਲਵੇ ਆਪਦੇ ਘਰ ਹਿਰਦੇ ਨੂੰ ਤੇ ਹਾਰਟ ਇੰਦਰੀਆਂ ਨੂੰ ਐਸਾ ਸਾਧਨ ਕਰੇ ਗੁਰ ਮਿਲ ਖੋਲੇ ਬੱਜਰ ਕਪਾ ਕਿਉਂ ਸਤਿਗੁਰਾਂ ਦੇ ਨਾਲ ਮਿਲ ਕਰਕੇ ਤੇ ਪੰਜਾਂ ਕੋਸਾਂ ਦੇ ਜਿਹੜੇ ਤਖਤ ਨਾ ਬੱਜਰ ਵਗੂ ਸੱਤਾਂ ਧਾਤਾਂ ਵਰਗੇ ਕਰੜੇ ਪੱਥਰ ਦੇ ਉਹ ਕਪਾਟ ਪੰਜਾਂ ਕੋਸਾਂ ਦੇ ਆਸਾ ਦੇਸਾਂ ਦੇ ਗੁਰਾਂ ਨਾਲ ਮਿਲ ਕੇ ਖੁੱਲ ਜਾਂਦੇ ਹੈ ਸਤਿਗੁਰੂ ਜੀ ਖੋਲ ਦਿੰਦੇ ਹਨ ਅੱਗੇ ਸਮਝਦਾ ਸੀ ਇਹ ਕਿਵੇਂ ਵੱਖਰ ਵਾਲਾ ਹੁਣ ਆਸੀ ਸੰਬੰਧ ਵੱਖਰ ਤੋਂ ਬਿਨਾਂ ਹੋ ਗਿਆ ਤੇ ਨਾਮ ਵੀ ਵੱਖਰ ਤੋਂ ਬਿਨਾਂ ਸੁਣਨਾ ਕਰਕੇ
ਇੰਨੇ ਸੰਗ ਲੱਗ ਗਿਆ ਹਿਰਦੇ ਨੂੰ ਗੁਰ ਮਿਲ ਖੋਲੇ ਬਜਰ ਕਪਾਟ ਨਾਲ ਮਿਲ ਕੇ ਪੰਜਾਂ ਕੋਸਾਂ ਦੇ ਪਟਕੇ ਖੋਲ ਦਿੱਤੇ ਸਾਧ ਮਿਲੇ ਪੂਰਵ ਸੰਜੋ ਸਾਧ ਜਿਹੜਾ ਅਧਿਕਾਰੀ ਹੈ ਪੂਰਵ ਕਰਮਾਂ ਜਿਹਨਾਂ ਨੇ ਕੀਤੇ ਨਿਸ਼ਕਾਮ ਕਰਮ ਉਹਨਾਂ ਦੇ ਸਹਿਯੋਗ ਕਰਕੇ ਗੁਰੂ ਸਾਹਿਬ ਦੇ ਨਾਲ ਮਿਲੇ ਸੱਚ ਰਹਿਸੇ ਪੂਰੇ ਹਰ ਲੋਕ ਅਤੇ ਸੱਚੇ ਨਾਮ ਕਰਕੇ ਰਹਿਸੇ ਆਨੰਦ ਨੂੰ ਪ੍ਰਾਪਤ ਹੋਣ ਉਹ ਹਰੀ ਦੇ ਪੂਰਨ ਲੋਕ ਮਹਾਤਮਾ ਹਨ ਬ੍ਰਹਮ ਗਿਆਨੀ ਮਨ ਤਨ ਦੇ ਲੈ ਸਹਿਜ ਸੁਭਾਅ ਆਪਣੇ ਮਨ ਨੂੰ ਗੁਰੂ ਸਾਹਿਬ ਦੀ ਭੇਟਾਂ ਦੇ ਦਿੰਦੇ ਹੈ ਤਨ ਨੂੰ ਭੇਟਾਂ ਕਰਦੀਆਂ ਪੰਜਾਂ ਪਿਆਰਾਂ ਨੂੰ ਸੀਸ ਦੇ ਕੇ ਅੰਮ੍ਰਿਤ ਲਿਆ ਹੈ ਉਹ ਸਹਿਜ ਸ਼ਾਂਤੀ ਸੁਭਾਅ ਤੇ ਸੋ ਭਾਵ ਪ੍ਰਕਾਸ਼ ਨੂੰ ਪਰਮੇਸ਼ੁਰ ਨੂੰ ਲੈ ਲੈਂਦੇ ਹੈ ਇਉਂ ਵਿਨਾਸੀ ਦੀ ਭਾਈ ਸੁਣਾਈ ਦਾ ਹੈ ਨਾਨਕ ਤਿਨ ਕਹਿ ਲਾਗੂ ਕਹਿੰਦੇ ਉਹਨਾਂ ਦੇ ਚਰਨੀ ਲੱਗਣਾ ਕਰੀਏ ਤੁਹਾਨੂੰ ਪੁਰਖ ਹੈ ਇਸ ਪ੍ਰਕਾਰ ਭਾਈ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਹੋਈ ਦਾ ਇਹ ਪੰਜਾਂ ਪਰਸ਼ਾਂ ਦੇ ਉੱਤੇ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਿੱਚ ਭਾਈ ਦਾਸੇ ਭੱਟ ਦੇ ਪ੍ਰਥਾਨ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ ਇਸ ਪ੍ਰਕਾਰ ਗੁਰੂ ਸਾਹਿਬ ਨੇ ਸਾਹਿਬ ਸੰਗੀ ਉਪਦੇਸ਼ ਬਖਸ਼ਿਆ ਹੁਣ ਸੰਗਤ ਨੇ ਇੱਥੋਂ ਜਾਣਾ ਹੈ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਇੱਥੇ ਮਹੀਨਾ ਲਗਾਤਾਰ ਬਾਣੀ ਦਾ ਦੋਏ ਵਕਤ ਸ਼ਾਮ ਨੂੰ ਸਵੇਰੇ ਕੀਰਤਨ ਦਾ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਇਸੇ ਪ੍ਰਕਾਰ ਸਾਰੀਆਂ ਸੰਗਤਾਂ ਭਾਈ ਜਿਵੇਂ ਗੁਰੂ ਸਾਹਿਬ ਦੀ ਕਥਾ ਕੀਰਤਨ ਸੁਣ ਕੇ ਆਨੰਦ ਰਹੇ ਹੋ ਇਵੇਂ ਆਪਣੇ ਮਨ ਨੂੰ ਪਾਵਨ ਕਰਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਸਿੱਖੀ ਨਾਲ ਜੋੜੀ ਰੱਖਿਓ ਸਦਾ ਵਾ ਕੇ ਗੁਰੂ ਸਾਹਿਬ ਦੀ ਕਿਰਪਾ ਕਰਨ ਆਪਣੇ ਸਿੱਖੀ ਨਾਲ ਨਾਤਾ ਪਾ ਲੈਣ ਮਨ ਸਾਡਾ ਗੁਰੂ ਸਾਹਿਬ ਦੀ ਸਿੱਖੀ ਨਾਲ ਗੰਢਿਆ ਜਾਵੇ ਫਿਰ ਲੋਕ ਪ੍ਰਲੋਕ ਗੁਰੂ ਸਾਹਿਬ ਸਾਡੇ ਰਾਖੇ ਹੋਣਗੇ ਸ੍ਰੀ ਖਡੂਰ ਸਾਹਿਬ ਵਿੱਚ ਇੱਥੋਂ ਤੱਕ ਕਥਾ ਇੱਕ ਮਹੀਨਾ ਕਿਹਦਾ ਮਹੀਨਾ ਕੀਤੀ ਹੈ ਮਨ ਤਨ ਦੇ ਲੈ ਸਹਿਜ ਸੁਭਾਅ ਨਾਨਕ ਤਿਨ ਕਹਿ ਲਾਗੂ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ ਧੰਨਵਾਦ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ